ਨਮਸਕਾਰ ਦੋਸਤੋ, ਮੈਂ ਜੈਸਮੀਨ ਤੁਹਾਡਾ ਦੇਸੀ ਤੜਕੇ 'ਤੇ ਇੱਕ ਵਾਰ ਫੇਰ ਮੁੜ ਕੇ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਨੁਸ਼ੀ ਝਿੱਲਰ ਦੀ। ਮਾਨੁਸ਼ੀ ਝਿੱਲਰ ਫੈਮਿਨਾ ਮਿਸ ਇੰਡੀਆ 2017 ਰਹਿ ਚੁੱਕੀ ਹੈ ਤਾਂ ਸਾਨੂੰ ਪਤਾ ਹੀ ਹੈ। ਦੋਸਤੋ, 18 ਨਵੰਬਰ 2017 ਵਿੱਚ ਮਾਨੁਸ਼ੀ ਝਿੱਲਰ ਨੇ ਮਿਸ ਵਰਲਡ 2017 ਦਾ ਕਰਾਊਨ ਜਿੱਤ ਕੇ ਇੰਡੀਆ ਦਾ ਨਾਂ ਪੂਰੇ ਵਰਲਡ ਵਿੱਚ ਰੌਸ਼ਨ ਕਰ ਦਿੱਤਾ ਹੈ। ਪ੍ਰਿਯੰਕਾ ਚੋਪੜਾ ਤੋਂ ਬਾਅਦ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਉਹ 6ਵੀਂ ਮਿਸ ਫੈਮਿਨਾ ਇੰਡੀਆ ਸੀ। ਦੋਸਤੋ, ਮਾਨੁਸ਼ੀ ਨੇ ਇਹ ਅਵਾਰਡ ਪ੍ਰਿਯੰਕਾ ਵਾਂਗ ਹੀ ਇੰਡੀਆ ਨੂੰ ਡੈਡੀਕੇਟ ਕਰ ਦਿੱਤਾ ਹੈ। 2017 ਦਾ ਇਹ ਗ੍ਰੈਂਡ ਫਿਨਾਲੇ ਮਿਸ ਵਰਲਡ ਸੈਨਿਆ ਰੇਨੀਆ ਵਿੱਚ ਹੋਇਆ, ਜੋ ਕਿ ਚਾਈਨਾ ਵਿੱਚ ਹੈ। ਜਲਦੀ ਹੀ ਇਹ ਕਰਾਊਨ ਜਿੱਤਣ ਤੋਂ ਬਾਅਦ ਮਾਨੁਸ਼ੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਪਡੇਟ ਕਰ ਦਿੱਤਾ ਕਿ ਉਹ ਇਹ ਅਵਾਰਡ ਅਤੇ ਅਚੀਵਮੈਂਟ ਅਤੇ ਬਲੂ ਕਰਾਊਨ ਆਪਣੀ ਕੰਟਰੀ ਇੰਡੀਆ ਨੂੰ ਡੈਡੀਕੇਟ ਕਰ ਦੇਵੇਗੀ। ਮਾਨੁਸ਼ੀ ਨੂੰ 2017 ਮਿਸ ਵਰਲਡ ਫਿਨਾਲੇ ਵਿੱਚ ਕੁਸ਼ਚਨ ਪੁੱਛਿਆ ਗਿਆ ਕਿ ਮਾਨੁਸ਼ੀ ਦੀ ਲਾਈਫ ਵਿੱਚ ਸਭ ਤੋਂ ਵੱਡੀ ਇੰਸਪੀਰੇਸ਼ਨ ਕੌਣ ਹੈ। ਜਵਾਬ ਵਿੱਚ ਮਾਨੁਸ਼ੀ ਨੇ ਕਿਹਾ ਕਿ ਉਸਦੀ ਮਾਂ। ਉਸਨੇ ਕਿਹਾ ਕਿ ਉਸਦੀ ਮਾਂ ਨੇ ਸਿਰਫ ਉਸਨੂੰ ਇਹੀ ਗੱਲ ਸਿਖਾਈ ਹੈ ਕਿ ਕੋਈ ਹੱਥ ਵਿੱਚ ਖੋ ਕੇ ਲੈ ਜਾਂਦਾ ਪਰ ਨਸੀਬ 'ਚੋਂ ਨਹੀਂ। ਲਿਖਿਆ ਮੁਕੱਦਰਾਂ ਦਾ ਕੋਈ ਖੋ ਨਹੀਂ ਸਕਦਾ, ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ। ਜੇ ਗਮ ਮਿਲੇ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ, ਰੱਬ ਬਦਲੇ ਇਹਨਾਂ ਦੀ ਇੰਜ ਹੋ ਨਹੀਂ ਸਕਦਾ। ਦੋਸਤੋ, ਆ ਹੁਣ ਇੱਕ ਨਜ਼ਰ ਫੇਰਦੇ ਹਾਂ ਮਾਨੁਸ਼ੀ ਦੇ ਹੁਣ ਤੱਕ ਦੇ ਕੈਰੀਅਰ 'ਤੇ। ਮਾਨੁਸ਼ੀ ਝਿੱਲਰ ਦਾ ਜਨਮ ਜੱਟ ਫੈਮਿਲੀ ਹਰਿਆਣਾ ਵਿੱਚ ਹੋਇਆ ਹੈ ਅਤੇ ਉਹਨਾਂ ਦੇ ਮਾਤਾ ਜੀ ਅਤੇ ਪਿਤਾ ਜੀ ਸਾਇੰਟਿਸਟ ਸੀ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਵਿੱਚ। ਮਾਨੁਸ਼ੀ ਨੇ ਆਪਣੀ ਸਕੂਲਿੰਗ ਕੀਤੀ ਹੈ ਸੈਂਟ ਥੋਮਸ ਦਿੱਲੀ ਤੋਂ ਅਤੇ ਉਸ ਦੇ ਬਾਅਦ ਮੈਡੀਕਲ ਦੀ ਪੜ੍ਹਾਈ MBBS ਕੀਤੀ ਹੈ ਸੋਨੇਪਤ ਤੋਂ। ਦੋਸਤੋ, ਅਜਿਹੀਆਂ ਬਹੁਤ ਹੀ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਖੂਬਸੂਰਤੀ ਅਤੇ ਸੋਹਣੇਪਣ ਦੇ ਨਾਲ ਨਾਲ ਇੰਟੈਲੀਜੈਂਟ ਵੀ ਹੁੰਦੀਆਂ ਨੇ, ਪਰ ਮਾਨੁਸ਼ੀ ਨੇ ਇਹ ਗੱਲ ਬਿਲਕੁਲ ਪ੍ਰੂਫ ਕਰ ਦਿੱਤੀ ਹੈ ਕਿ ਉਹ ਖੂਬਸੂਰਤੀ ਦੇ ਨਾਲ ਨਾਲ ਇੰਟੈਲੀਜੈਂਟ ਵੀ ਹੈ। BBC ਨਿਊਜ਼ ਦੇ ਪੱਤਰਕਾਰਾਂ ਨੇ ਮਾਨੁਸ਼ੀ ਨੂੰ ਉਹਨਾਂ ਦੇ ਫਿਊਚਰ ਬਾਰੇ ਪੁੱਛਿਆ ਤਾਂ ਮਾਨੁਸ਼ੀ ਨੇ ਕਿਹਾ ਕਿ ਉਹਨਾਂ ਦਾ ਹਾਲੇ ਬਾਲੀਵੁੱਡ ਵਿੱਚ ਜਾਣ ਵਿੱਚ ਕੋਈ ਇਰਾਦਾ ਨਹੀਂ ਹੈ। ਉਹ ਸਭ ਤੋਂ ਪਹਿਲਾਂ ਤਾਂ ਹਰਿਆਣਾ ਦੀ ਕੁੜੀਆਂ ਦਾ ਲਾਈਫ ਸਟਾਈਲ ਬਦਲਣਾ ਚਾਹੁੰਦੀ ਹੈ ਅਤੇ ਉੱਥੇ ਦੀ ਕਮਿਊਨਿਟੀ ਵਾਸਤੇ ਕੁਛ ਕਰਨਾ ਚਾਹੁੰਦੀ ਹੈ। ਦੋਸਤੋ, ਮਾਨੁਸ਼ੀ ਗਰੀਬ ਬੱਚਿਆਂ ਲਈ ਸਕੂਲ ਬਣਾਉਣਾ ਚਾਹੁੰਦੀ ਹੈ, ਹਰਿਆਣਾ ਵਿੱਚ ਰੋਡਸ ਵਰਕ ਨੂੰ ਠੀਕ ਕਰਾਉਣਾ ਚਾਹੁੰਦੀ ਹੈ। ਉਹ ਸੁਸ਼ਮਿਤਾ ਸੇਨ ਵਾਂਗ ਬੱਚੇ ਅਡੋਪਟ ਕਰਨਾ ਚਾਹੁੰਦੀ ਹੈ। ਉਹ ਗਰੀਬ ਬਜ਼ੁਰਗ ਜੋ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਛੱਡ ਦਿੰਦੇ ਹਨ, ਉਹਨਾਂ ਵਾਸਤੇ ਓਲਡ ਪੀਪਲ ਹੋਮ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਲੈ ਸਕਣ। ਦੋਸਤੋ, PTC ਪੰਜਾਬੀ ਦੇ ਇੱਕ ਪੱਤਰਕਾਰ ਨੇ ਮਾਨੁਸ਼ੀ ਨੂੰ ਉਹਨਾਂ ਦੇ ਵਿਆਹ ਬਾਰੇ ਪੁੱਛਿਆ ਤਾਂ ਮਾਨੁਸ਼ੀ ਨੇ ਕਿਹਾ ਕਿ ਹਾਲੇ ਤਾਂ ਉਹਨਾਂ ਦਾ ਵਿਆਹ ਦਾ ਕੋਈ ਪਲਾਨ ਨਹੀਂ ਹੈ, ਪਰ ਜੇ ਉਹਨਾਂ ਦਾ ਪਲਾਨ ਬਣਿਆ ਤਾਂ ਉਹ ਕਦੀ ਵੀ ਕਿਸੇ ਅਮੀਰ ਮੁੰਡੇ ਨਾਲ ਵਿਆਹ ਨਹੀਂ ਕਰੇਗੀ। ਉਹ ਵਿਆਹ ਕਰਾਉਣਾ ਚਾਹੁੰਦੀ ਹੈ ਆਪਣੇ ਵਰਗੇ ਇੱਕ ਮਿਡਲ ਕਲਾਸ ਲੜਕੇ ਨਾਲ। ਆਪਣੀ ਕਮਿਊਨਿਟੀ ਅਤੇ ਆਪਣੇ ਦੇਸ਼ ਲਈ ਇੰਨਾ ਸੋਚਣ ਵਾਲੀ ਸਿਰਫ 21 ਸਾਲ ਦੀ ਮਾਨੁਸ਼ੀ ਦਾ ਦਿਲ ਕਿੰਨਾ ਸੈਂਸਿਟਿਵ ਅਤੇ ਕਾਇੰਡ। ਦੋਸਤੋ, ਸਾਨੂੰ ਤਾਂ ਲੱਗਦਾ ਮਾਨੁਸ਼ੀ ਝਿੱਲਰ ਇੰਡੀਆ ਦੀ ਪਹਿਲੀ ਔਰਤ ਹੋਵੇਗੀ ਜਿਸ ਦੇ ਕਾਰਨ ਹਰ ਕਿਸੇ ਦੇ ਮੂੰਹ 'ਤੇ ਨਿਰਾਸ਼ਾ ਦੀ ਜਗ੍ਹਾ ਆਸ਼ਾ ਹੋਵੇਗੀ। ਰੋਡ 'ਤੇ ਡਿੱਗੇ ਪੱਥਰ ਤੋਂ ਲੈ ਕੇ ਨਦੀ ਦੇ ਵਗਦੇ ਪਾਣੀ ਨੂੰ ਸਾਫ਼ ਕਰਨਾ, ਦੇਸ਼ ਵਿੱਚ ਗਰੀਬੀ ਹਟਾਉਣਾ ਮਾਨੁਸ਼ੀ ਦਾ ਸਪਨਾ ਲੱਗਦਾ ਹੁਣ ਪੂਰਾ ਹੋ ਜਾਣਾ ਹੈ। ਦੋਸਤੋ, ਇੱਕ ਵਾਰ ਫੇਰ ਅਸੀਂ ਆਪਣੇ ਚੈਨਲ ਦੇਸੀ ਤੜਕੇ ਵੱਲੋਂ ਮਾਨੁਸ਼ੀ ਝਿੱਲਰ ਨੂੰ 2007 ਦਾ ਮਿਸ ਵਰਲਡ ਦਾ ਅਵਾਰਡ ਜਿੱਤਣ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਹੁਣ ਤੱਕ ਲਈ ਇੰਨਾ ਹੀ। ਦੋਸਤੋ, ਹੋਰ ਅਪਡੇਟਸ ਅਤੇ ਨਵੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਆਵਾਂਗੇ। ਦੇਖਦੇ ਰਹੋ ਦੇਸੀ ਤੜਕਾ। ਧੰਨਵਾਦ।